ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਪ੍ਰਦੇਸ਼ ਹਿਮਾਲਿਆ ਕਿਰਨ ਸਮਿਤੀ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਹਸਪਤਾਲ ਵਿੱਚ ਖੂਨਦਾਨ ਕੇਂਦਰ ਵਿੱਚ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਸ਼ੁਭਾਰੰਭ ਡਾਕਟਰ ਐਨਕੇ ਗੁਪਤਾ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਉਪਰੰਤ ਆਈਟੀਆਈ ਸੰਸਥਾਨ ਦੇ ਵਿਦਿਆਰਥੀਆਂ ਸਮੇਤ ਸਮਿਤੀ ਦੇ ਮੈਂਬਰਾਂ ਵੱਲੋਂ ਹਸਪਤਾਲ ਕੇਂਦਰ ਨੂੰ 70 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿੱਚ ਕਰੀਬ 70 ਤੋਂ ਵੱਧ ਲੋਕਾਂ ਨੇ ਆਪਣੀ ਇੱਛਾ ਅਨੁਸਾਰ ਖੂਨਦਾਨ ਕੀਤਾ। ਜਾਣਕਾਰੀ ਦਿੰਦੇ ਹੋਏ ਹਿਮਾਲਿਆ ਕਿਰਨ ਸਮਿਤੀ ਦੇ ਸੂਬਾ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਆਖਿਆ ਕਿ ਸਮਿਤੀ ਵੱਲੋਂ ਸਮੇਂ-ਸਮੇਂ ਤੇ ਸਮਾਜਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਅੱਗੇ ਵੀ ਅਜਿਹੇ ਕੈਂਪ ਆਯੋਜਿਤ ਕੀਤੇ ਜਾਂਦੇ ਰਹਿਣਗੇ। ਹਰ ਪ੍ਰਕਾਰ ਸੇ ਅਗਰ ਕੋਈ ਵੀ ਦੁਰਘਟਨਾ ਜਾਂ ਕਿਸੇ ਪ੍ਰਕਾਰ ਕੇ ਕੋਈ ਐਮਰਜੈਂਸੀ ਹੋ ਜਾਏ ਤੋ ਉਸ ਵਜ੍ਹਾ ਸੇ ਕਿਸੀ ਵਿਅਕਤੀ ਵਿਸ਼ੇਸ਼ ਕੀ ਜਾਨ ਨਾ ਜਾਏ ਇਸ ਵਜ੍ਹਾ ਸੇ ਹਮਨੇ ਆਜ ਇਹ ਬਲੱਡ ਡੋਨੇਸ਼ਨ ਕਾ ਕੈਂਪ ਲਗਾਇਆ ਹੈ। ਸਾਥ ਹੀ ਸਾਥ ਜੈਸਾ ਆਪਨੇ ਦੇਖਾ ਹੈ ਕਿ ਆਜ ਠਿਹੋਗ ਮੇਂ ਇੱਕ ਬੱਸ ਹਾਦਸਾ ਹੁਆ ਹੈ। ਅਬ ਐਸੀ ਸਥਿਤੀ ਮੇਂ ਵਹਾਂ ਪੇ ਕਿਤਨੇ ਲੋਕ ਇੰਜਰਡ ਹੋਂਗੇ, ਕਿਤਨੇ ਲੋਕ ਖਸਤਾ ਹਾਲਤ ਮੇਂ ਹੋਂਗੇ, ਕਿਤਨੇ ਲੋਕੋਂ ਕੇ ਸਾਥ ਕਿਆ ਬੀਤ ਰਹੀ ਹੋਗੀ, ਤੋ ਹਮ ਲੋਕ ਉਸਮੇਂ ਜ਼ਿਆਦਾ ਤੋ ਕੁਛ ਨਹੀਂ ਕਰ ਸਕਤੇ, ਲੇਕਿਨ ਜੋ ਯਹਾਂ ਪੇ ਰਕਤਦਾਨ ਸ਼ਿਵਰ ਲਗਾ ਹੈ ਉਸ ਮਾਧਿਅਮ ਤੇ ਸ਼ਾਇਦ ਉਨ ਲੋਕੋਂ ਕੀ ਜਾਨ ਬਚ ਸਕੇ।